आजा शाम होने आई, मौसम ने भी अंगड़ाई, आजा शाम होने आई। उस वेले दी गल है जदों कुड़ियां नू फेसबुक दी जगह गलियां च फॉलो करना पैंदा सी, ते प्यार दा इजहार करन लई व्हाट्सएप दी जगह चिट्ठियां दे नाल हर रोज फोन भी कमाउणे पैंदे सी। हेलो, आई लव यू जी। तू फोन रख दे कि मम्मी नू बुलावा। मैं फोन तां रख दूं पर तू लेटर चक लई। इट थले लेटर नहीं, मेरे अरमान दबे है। बस दबे ही रह जाने तेरे अरमान। क्यों नहीं मेरे को मेरा गुण सीख के अपने खानदानी काम संभालता। बापू जी ज्यौना सीखो ज्यौना, मैं तां कहना दोबारा ब्याह करा लो। इहदा मतलब फिर दो कट्ठियां लभणियां पैणियां। अगर करना ही है तो फिर तीन का जुगाड़ कर लीजिए ना। तू मैनू फोन कीता सी 11 बजे मिलन लई। हां जी हां जी। बुग्गे, ए तां कम ब्याह तों बाद विच भी हो सकदा। ਤੁਹਾਨੂੰ ਕੀ ਲੱਗਦਾ ਹੈ ਕੁੜੀ ਕੈਸਟਾਂ ਕੁਸਟਾਂ ਲੈ ਕੇ ਮੰਨ ਜਾਂਦੀ ਹੈ? ਤੁਸੀਂ ਤਾਂ ਸਿਰਫ ਮੇਰੇ ਤੋਂ ਕੈਸਟਾਂ ਭਰਾ ਕੇ ਕੁੜੀ ਨੂੰ ਦਿੰਦੇ ਹੋ। ਮੈਂ ਕੁੜੀ ਦੇ ਹੀ ਪਿਓ ਤੋਂ ਕੈਸਟਾਂ ਭਰਾ ਕੇ ਕੁੜੀ ਨੂੰ ਦਿੰਦਾ ਹੁੰਦਾ ਸੀਗਾ। ਇਤਿਹਾਸ ਦੁਹਰਾਇਆ ਜਾ ਰਿਹਾ। ਹਾਂ 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 ਕੋਈ ਡਿਮਾਂਡ ਹੋਵੇ ਤਾਂ ਹੁਣੇ ਹੁਕਮ ਕਰੋ ਜੀ। ਮੇਰੀ ਤਾਂ ਇੱਕੋ ਰੀਝ ਆ ਕਿ ਮੇਰੇ ਮੁੰਡੇ ਦਾ ਵਿਆਹ ਮੈਰਿਜ ਪੈਲੇਸ 'ਚ ਹੋਵੇ। ਮੈਂ ਤਾਂ ਰਿਜ਼ਲਟ ਪਤਾ ਕਰਨ ਆਇਆ ਸੀ। ਕਿਵੇਂ ਹੋ ਗਿਆ ਪਾਸ? ਉਹ ਯਾਰ ਪਾਸ ਚਿੱਕੂ ਹੋਣਾ ਸੀ, ਸਾਰਾ ਪੇਪਰ ਹੀ ਸਿਲੇਬਸ ਤੋਂ ਬਾਹਰ ਆ ਗਿਆ। ਪੈਲਸ ਚ ਮਾਣੀ ਗਲਤੀ ਨਾਲ ਦੂਜੀ ਡੋਲੀ ਚ ਚਲੀ ਗਈ। ਮਤਲਬ ਮੋਟੀਆਂ ਦੀ ਅਦਲਾ ਬਦਲੀ। ਹਾਏ ਰੱਬਾ, ਫਿਰ ਦੂਜੀ ਕੁੜੀ ਕਿਵੇਂ ਆ? ਤੁਸੀਂ ਬਹੁਤ ਸਵੇਰ ਦਾ ਕੰਮ ਕਰ ਲਿਆ, ਤੁਸੀਂ ਹੁਣ ਉੱਠੋ ਤੇ ਪਾਠ ਪੂਜਾ ਕਰੋ। ਹਾਏ ਬੇਬੇ, ਤੂੰ ਕਿੰਨੀ ਭਾਰੀ ਹੈ, ਜੇ ਮਾੜਾ ਟਾਈਮ ਹੈਗਾ ਤਾਂ ਮੈਂ ਤੂੰ ਚੱਕੀ ਨਹੀਂ ਜਾਣੀ। ਤੇ ਮਾਣੀ ਨੂੰ ਮੈਂ ਆਪਣੇ ਨਾਲ ਲੈ ਜਾਂਦਾ। ਜਾਤੀ ਅੰਦਰੋਂ ਦੋ ਕੱਪੜੇ ਚੱਕ ਲਿਆ। ਰਹਿਣ ਦੇ ਧੀਏ, ਕੱਪੜੇ ਕੁਪੜੇ ਬਥੇਰੇ ਪਏ ਆ ਘਰੇ। ਕੀ ਗੱਲ ਹੈ, ਜੇ ਤੱਕ ਪੁਰਾਣੇ ਕੱਪੜੇ ਦੇ ਕੇ ਭਾਂਡੇ ਲਏ ਨੀ? ਇਹ ਤੁਹਾਡੇ ਹੀ ਰਿਵਾਜ ਹੋਣਾ। ਅੱਛਾ, ਤੁਹਾਡੇ ਫਿਰ ਭਾਂਡੇ ਦੇ ਕੇ ਕੱਪੜੇ ਲੈਂਦੇ ਹੋਣੇ। ਕਿੱਥੇ ਫਸਾਦਾ ਬਾਪੂ ਯਾਰ, ਮੈਰਿਜ ਪੈਲਸਾਂ ਦੇ ਚੱਕਰ ਚ। ਸੁਣੋ ਜੀ, ਛੇਤੀ ਆਉਣਾ, ਮੇਰਾ ਜੀ ਨਹੀਂ ਲੱਗਣਾ। ਤੈਨੂੰ ਤੇਰੇ ਮਾਂ ਪਿਓ ਨੇ ਸਮਝਾਇਆ ਨਹੀਂ ਆ ਤੇ ਬੰਦੇ ਨੂੰ ਤੁਰਨ ਲੱਗਿਆ ਪਿੱਛੋਂ ਆਵਾਜ਼ ਨਹੀਂ ਮਾਰੀ ਦੀ, ਕੰਮ ਨਹੀਂ ਬਣਦੇ। ਸੁਣੋ ਜੀ, ਛੇਤੀ ਆਉਣਾ, ਮੇਰਾ ਜੀ ਨਹੀਂ ਲੱਗਣਾ।